ਐਸੇ ਖਤਰੇ ਕਾਰਨ ਕੋਈ ਵੀ ਇੱਥੇ ਨਹੀਂ ਆਉਂਦਾ। ਤੁਸੀਂ ਦੇਖ ਸਕਦੇ ਕੁੱਤਿਆਂ ਨੇ ਕੀ ਹਾਲ ਕਰ ਦਿੱਤਾ, ਡੌਗਸ ਨੇ ਇੱਥੋਂ ਦੇ। ਵੈਲਕਮ ਬੈਕ ਟੂ ਅਵਰ ਨਿਊ ਵਲੌਗ ਗਾਇਸ। ਸੋ ਕਿਵੇਂ ਹੋ ਸਾਰਿਆਂ ਨੇ, ਹੁੱਕਰ ਦਾ ਘੈਂਟ ਹੋ ਗਏ। ਅਤੇ ਗਾਇਸ ਅੱਜ ਦਾ ਸੀਨ ਇੱਦਾਂ ਕਿ ਅੱਜ ਦੀ ਵੀਡੀਓ 'ਚ ਮੈਂ ਜਾ ਰਿਹਾ ਵਾਂ ਮੋਸਟ ਹਿਸਟੋਰੀਕਲ ਪਲੇਸ ਆਫ ਮਾਈ ਵਿਲੇਜ, ਜੋ ਕਿ ਸਭ ਤੋਂ ਪੁਰਾਣੀ ਜਗ੍ਹਾ ਵਾ ਮੇਰੇ ਪਿੰਡ ਦੀ। ਅਤੇ ਮੈਂ ਸੋਚਿਆ ਚਲੋ ਤੁਹਾਨੂੰ ਵੀ ਦਿਖਾ ਦਿੱਤੀ ਜਾਵੇ। ਐਕਚੁਲੀ ਉਹ ਇੱਕ ਤਰ੍ਹਾਂ ਦਾ ਤਲਾਬ ਹੈ, ਪੁਰਾਣੇ ਸਮੇਂ ਦਾ ਤਲਾਬ ਹੈਗਾ ਹੈ। ਅਤੇ ਹਾਂ ਠੀਕ ਹੈ, ਫਿਰ ਮਿਲਦੇ ਆਪਾਂ ਉੱਥੇ ਹੀ ਆ ਕੇ। ਅਤੇ ਇੱਕ ਗਾਇਸ ਗੱਲ ਹੋਰ, ਬਹੁਤ ਸਾਰੇ ਵੀਰ ਮੇਰੇ ਕਹਿੰਦੇ ਆ ਕਿ ਵਲੌਗ ਬਹੁਤ ਲੇਟ ਆ ਰਹੇ ਆ। ਰੀਜ਼ਨ ਇਹ ਆ, ਇੱਕ ਤਾਂ ਕੋਈ ਕੰਟੈਂਟ ਨਹੀਂ ਹੈਗਾ, ਅਤੇ ਦੂਸਰਾ ਗਾਇਸ ਇਹ ਰੀਜ਼ਨ ਇਹ ਕਿ ਬਹੁਤ ਜ਼ਿਆਦਾ ਠੰਡ ਪੈ ਰਹੀ ਆ, ਅਤੇ ਇੰਨੀ ਠੰਡ ਦੇ ਵਿੱਚ ਬਾਹਰ ਨਿਕਲਣਾ ਬਹੁਤ ਹੀ ਔਖਾ ਵਾ ਕੰਮ। ਅਤੇ ਅੱਜ ਥੋੜ੍ਹੀ ਧੁੱਪ ਲੱਗੀ ਸੀ, ਅਤੇ ਮੈਂ ਸੋਚਿਆ ਚਲੋ ਫਿਰ ਚਲੀ ਜਾਂਦੇ ਹਾਂ। ਅਤੇ ਪਰਨਾ ਮੈਂ ਹੁਣੇ ਬੰਨਿਆ ਹੀ ਹਾਂ, ਅਜੇ ਤੁਹਾਡੇ ਸਾਹਮਣੇ ਅਜੇ ਬੰਨ ਕੇ ਹਟਿਆ ਵਾਂ ਪਰਨਾ। ਅਤੇ ਚਲੋ ਫਿਰ ਮਿਲਦੇ ਆਪਾਂ ਉਸ ਜਗ੍ਹਾ 'ਤੇ ਜਾ ਕੇ। ਆ ਵੀ ਗਾਇਸ ਆ ਕੇ ਬਹਿ ਜਾਂਦੀ ਹੈ ਇੱਥੇ, ਇਹਨੂੰ ਰੋਟੀਆਂ ਪਾਈ ਦੀਆਂ ਨਾ, ਕਿਉਂਕਿ ਤਦ ਆ ਕੇ ਬਹਿ ਜਾਂਦੀ। ਮੇਰੀ ਮੰਮੀ ਨੂੰ ਰੋਟੀਆਂ ਪਾਉਂਦੀਆਂ ਨੇ ਹਰ ਵਾਰੀ ਜਦੋਂ ਵੀ ਇਹ ਆਉਂਦੀ ਆ, ਅਤੇ ਅਜੇ ਵੀ ਰੋਟੀਆਂ ਦੀ ਭਾਲ 'ਚ ਬੈਠੀ ਆ। ਸੋ ਗਾਇਸ ਹੁਣ ਮੈਂ ਪਿੰਡੋਂ ਬਾਹਰ ਆ ਚੁੱਕਿਆ ਹੈ। ਅਤੇ ਹਾਂ, ਅਤੇ ਇੱਧਰਲੀ ਜਾਂਦੇ ਰਾਹ ਆ ਸੜਕ ਜਾਂਦੀ ਜੀ ਆਪਣੀ ਉਤਾਲ ਨੂੰ, ਉਹ ਪਿੰਡ ਤੋਂ ਕਾਫੀ ਬਾਹਰਲੀ ਸਾਈਡ ਆ ਬਣਾਇਆ ਗਿਆ ਵਾ, ਕਿਉਂਕਿ ਉੱਥੇ ਇੱਕ ਰੋਈ ਹੁੰਦੀ, ਰੋਈ ਦੇ ਨਾਲ ਉਹ ਕਨੈਕਟਡ ਸੀ ਪਹਿਲਾਂ, ਪਰ ਹੁਣ ਨਹੀਂ ਆ। ਗਾਇਸ ਬੱਦਲ ਚੈੱਕ ਕਰ ਸਕਦੇ, ਸੂਰਜ ਦਾ ਦਿਖਣ ਨਹੀਂ ਦਿਆ ਨਾ, ਦੇਖ ਲਓ ਅੱਜ ਠੰਡੀ ਬਹੁਤ ਹੈ, ਕੋਈ ਨਹੀਂ ਦਿਖੇਗਾ ਤੁਹਾਨੂੰ ਇੱਧਰਲੀ ਸਾਈਡ। ਗਾਇਸ ਯਹਾਂ ਪੇ ਬੀਜੀ ਹੋਈ ਹੈ ਗੋਭੀ, ਜੈਸੇ ਕਿ ਆਪ ਦੇਖ ਸਕਤੇ ਹੋ, ਬਹੁਤ ਸਾਰਾ ਜ਼ਿਆਦਾ ਕੁਆਂਟਿਟੀ ਮੈਂ ਗੋਭੀ ਬੀਜੀ ਹੋਈ ਹੈ ਯਹਾਂ ਪੇ। ਤੋ ਅਗਰ ਕਿਸੇ ਕੋ ਗੋਭੀ ਖੜਨੀ ਹੈ, ਅਗਰ ਲੇਕਰ ਜਾਣਾ ਹੈ ਤੋ ਯਹਾਂ ਸੇ ਲੇ ਜਾ ਸਕਤਾ ਹੈ, ਪੈਸੇ ਦੇ ਕੇ ਕਿਸਾਨ ਕੋ। ਲਓ ਜੀ ਗਾਇਸ ਪਹੁੰਚ ਗਏ ਆਪਾਂ ਹਿਸਟੋਰੀਕਲ ਪਲੇਸ 'ਤੇ, ਮੇਰੇ ਵਿਲੇਜ ਦੀ ਦੇਖ ਸਕਦੇ ਜੀ। ਆਹ ਗੁੰਮਟੇ ਬਣਾਏ ਹੋਈਆਂ ਦੋਵਾਂ ਸਾਈਡਾਂ 'ਤੇ, ਅਤੇ ਆਹ ਜੇ ਹਿਸਟੋਰੀਕਲ ਪਲੇਸ। ਅਤੇ ਗਾਇਸ ਐਸੇ ਖਤਰੇ ਕਾਰਨ ਕੋਈ ਵੀ ਇੱਥੇ ਨਹੀਂ ਆਉਂਦਾ, ਤੁਸੀਂ ਦੇਖ ਸਕਦੇ ਕੁੱਤਿਆਂ ਨੇ ਕੀ ਹਾਲ ਕਰ ਦਿੱਤਾ, ਡੌਗਸ ਨੇ ਇੱਥੋਂ ਦੇ। ਸੋ ਗਾਇਸ ਆਹ ਜੇ ਪੂਰੀ ਜਗ੍ਹਾ ਇੱਥੋਂ ਦੀ, ਕੁਝ ਇੱਦਾਂ ਦੀ ਲੁੱਕ ਜੇ ਤਲਾਬ ਦੀ। ਅਤੇ ਹਾਂ ਆਹ ਵਾਲੀ ਗੁਫਾ ਜਿਹੜੀ ਐਂ ਦੀ ਪਾਣੀ ਆਉਂਦਾ ਹੁੰਦਾ ਸੀ, ਐਕਚੁਲੀ ਇਹ ਤਰ੍ਹਾਂ ਦਾ ਇਹ ਕਨੈਕਸ਼ਨ ਆ ਉੱਧਰ ਦੇ ਰੀਵਰ ਦੇ ਨਾਲ, ਰੋਈ ਦੇ ਨਾਲ। ਅਤੇ ਹਾਂ ਉਹਦੇ ਥਾਨੀ ਕਨੈਕਸ਼ਨ ਹੁੰਦਾ ਸੀ, ਤਾਂ ਐਂ ਦੀ ਪਾਣੀ ਆਉਂਦਾ ਹੁੰਦਾ ਹੈ। ਅਤੇ ਤੁਹਾਨੂੰ ਮੈਂ ਤਾਂ ਲਾਗੋ ਜੀ ਦਿਖਾ ਦਿੰਦਾ ਵਾਂ ਅੰਦਰ ਵੱਲ ਥੋੜ੍ਹਾ ਜਿਹਾ। ਆ ਜੀ ਇਹਨਾਂ ਸ਼ੀਦਾਂ ਦਾ ਦੁਬਾਰੀ ਪਾਣੀ ਆਉਂਦਾ ਹੁੰਦਾ ਹੈ। ਸੋ ਗਾਇਸ ਆ ਇਹ ਰਾਣੀ ਘਰ, ਐਕਚੁਲੀ ਇਹਦੇ ਅੰਦਰ ਜਿਹੜੇ ਪੁਰਾਣੇ ਸਮੇਂ ਦੇ ਕਵੀਨ ਸੀ ਉਹ ਨਹਾਉਣ ਆਉਂਦੀਆਂ ਸੀ, ਤੁਸੀਂ ਦੇਖ ਸਕਦੇ ਜੇ। ਉੱਪਰੋਂ ਵੀ ਤੁਹਾਨੂੰ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ, ਉੱਪਰਲੀ ਸਾਈਡ ਤੁਹਾਨੂੰ ਦਿਖਾ ਦਿੰਦਾ ਵਾਂ। ਐਕਚੁਲੀ ਇੱਥੇ ਡੌਗਸ ਨੇ ਬਹੁਤ ਜ਼ਿਆਦਾ, ਅਤੇ ਤੁਸੀਂ ਇੱਥੇ ਚੈੱਕ ਕਰੋ ਆ ਜੇ ਇੱਦਾਂ ਦੀ ਸਾਈਡ। ਅਤੇ ਠੀਕ ਹੈ ਗਾਇਸ ਮੈਂ ਫਿਰ ਜਾਂਦਾ ਇੱਥੋਂ, ਡੌਗਸ ਨਾ ਪੈ ਗਏ ਨਾ ਇਹਨਾਂ ਦੇ ਕਰਕੇ, ਨਹੀਂ ਗਾਇਸ ਕੋਈ ਇੱਥੇ ਆਉਂਦਾ ਅਤੇ ਮੈਂ ਵੀ ਆਉਣ ਤੋਂ ਬਹੁਤ ਡਰ ਰਿਹਾ ਹਾਂ। ਗਾਇਸ ਇੱਕ ਗੱਲ ਤੁਹਾਨੂੰ ਹੋਰ ਦੱਸਦਾ, ਇਹ ਜਗ੍ਹਾ ਹੁਣ ਯੂਜ਼ ਕੀਤੀ ਜਾਂਦੀ ਆ ਖੇਡਾਂ ਲਈ ਜ਼ਿਆਦਾਤਰ, ਕਿਉਂਕਿ ਹੁਣ ਨਾ ਉਹ ਟਾਈਮ ਕੁਝ ਜਿਹੜੇ ਭਰਤੀ ਵੇਖਦੇ ਜਿਹੜੇ ਆਪਣੇ ਜਵਾਨ ਉਹ ਇੱਥੇ ਆਪਣੀ ਪ੍ਰੈਕਟਿਸ ਕਰਦੇ ਆ ਭੱਜ ਕੇ ਆਲੇ ਦੁਆਲੇ। ਅਤੇ ਇੱਥੇ ਕਬੱਡੀ ਟੂਰਨਾਮੈਂਟ ਵੀ ਕਰਾਏ ਗਏ ਆ ਕੁਛ ਸਾਲ ਪਹਿਲਾਂ, ਅਤੇ ਉਹ ਤੋਂ ਪਹਿਲਾਂ ਇੱਥੇ ਕ੍ਰਿਕਟ ਮੈਚ ਵੀ ਕਰਦੇ ਹੁੰਦੇ ਸੀ। ਅਤੇ 2000 ਲੋਕਡਾਊਨ ਤੋਂ ਪਹਿਲਾਂ ਗਾਇਸ ਇੱਥੇ ਅਸੀਂ ਫੁੱਟਬਾਲ ਵੀ ਖੇਡਦੇ ਰਹੇ ਹਾਂ, ਪਰ ਹੁਣ ਕੋਈ ਇੱਥੇ ਆਉਂਦਾ ਨਹੀਂ ਕਿਉਂਕਿ ਇੱਥੇ ਇਹਨਾਂ ਦਾ ਖਤਰਾ ਹੋ ਗਿਆ ਹੈ ਡੌਗਸ ਦਾ, ਤਦ ਕਰਕੇ। ਸੋ ਗਾਇਸ ਹੁਣ ਤੁਹਾਨੂੰ ਮੈਂ ਦਿਖਾਉਂਦਾ ਵਾਂ ਕਿ ਉਸ ਦੇ ਵਿੱਚ ਪਾਣੀ ਕਿੱਥੋਂ ਆਉਂਦਾ ਸੀ ਪੁਰਾਣੇ ਸਮੇਂ ਦੇ ਵਿੱਚ। ਅਤੇ ਚੈੱਕ ਕਰੋ ਜੀ ਆ ਜੇ ਰੀਵਰ, ਇਹਦੇ ਦੁਆਰਾ ਉਹ ਉੱਥੋਂ ਕਨੈਕਸ਼ਨ ਹੁੰਦਾ ਸੀ, ਅਤੇ ਇਹਦੇ ਕਰਕੇ ਜਿਹੜਾ ਪਾਣੀ ਸੀ ਆਪਣਾ ਇਹਦੇ ਵਿੱਚ ਜਾਂਦਾ ਹੁੰਦਾ ਸੀ ਇਹਦੇ ਤਾਲ ਵਿੱਚ। ਸੋ ਤੁਸੀਂ ਚੈੱਕ ਕਰ ਸਕਦੇ ਕਿ ਵਹਾਓ ਕਿੰਨਾ ਤੇਜ਼ ਵੱਜਦਾ। ਸੋ ਹਾਂ ਅਤੇ ਸੂਰਜ ਅਜੇ ਤੱਕ ਨਹੀਂ ਨਿਕਲਿਆ ਆਪਣਾ। ਅਤੇ ਗਾਇਸ ਉਹ ਉੱਥੇ ਕੁਝ ਲੋਕ ਆਪਣੀਆਂ ਬੱਕਰੀਆਂ ਚਰਾ ਰਹੇ ਨੇ ਜਿਵੇਂ ਤੁਸੀਂ ਦੇਖ ਸਕਦੇ ਜੇ। ਸੋ ਇਹਦਾ ਚੈੱਕ ਕਰੋ ਗਾਇਸ ਬਹੁਤ ਜ਼ਿਆਦਾ ਹੀ ਤੇਜ਼ ਹੋ ਰਿਹਾ ਹੈ। ਅਤੇ ਗਾਇਸ ਪਿੰਡ ਦੀ ਤੁਸੀਂ ਚੈੱਕ ਕਰੋ ਕਿੰਨਾ ਦੂਰ ਇੱਥੋਂ, ਅਤੇ ਆਲੇ ਦੁਆਲੇ ਖੇਤ ਹੀ ਖੇਤ ਹੈ ਬਸ, ਬੜਾ ਹੀ ਸੁਨਸਾਨ ਜਿਹਾ ਏਰੀਆ ਹੈ। ਸੋ ਠੀਕ ਹੈ ਫਿਰ ਗਾਇਸ ਮਿਲਦੇ ਆਪਾਂ ਅਗਲੇ ਵਲੋਗ ਦੇ ਵਿੱਚ, ਉਮੀਦ ਹੈ ਤੁਹਾਨੂੰ ਵਲੋਗ ਵਧੀਆ ਲੱਗਾ ਹੋਊਗਾ। ਠੀਕ ਹੈ ਟਾਟਾ ਬਾਏ ਬਾਏ। ਸੋ ਔਰਤਾਂ ਬਾਲਣ ਲੈ ਕੇ ਜਾ ਰਹੀਆਂ ਘਰ।